ਮਾਨਯੋਗ ਐਸਐਸਪੀ ਗੁਰਦਾਸਪੁਰ ਸ੍ਰੀ ਹਰੀਸ਼ ਜਮਾ ਜੀ ਦਿਸ਼ਾ ਨਿਰਦੇਸ਼ਾਂ ਹੇਠ ਤੇ ਐਸਪੀ ਹੈੱਡਕੁਆਟਰ ਸ੍ਰੀ ਜੁਗਰਾਜ ਸਿੰਘ ਦੀ ਅਗਵਾਈ ਚ ਤੇ ਡੀਐਸਪੀ ਸਿਟੀ ਸ੍ਰੀ ਮੋਹਨ ਸਿੰਘ ਤੇ ਹੋਰ ਜੀਓ ਸਾਹਿਬਾਂ ਦੇ ਨਾਲ ਜਿਹੜਾ ਸ਼ਹਿਰ ਦੇ ਵੱਖ ਵੱਖ ਥਾਵਾਂ ਦੇ ਵਿੱਚੋਂ ਦੀ ਜਿਹੜਾ ਫਲੈਗ ਮਾਰਚ ਕੱਢਿਆ ਗਿਆ ਤੇ ਜਿੱਥੇ ਆਪਾਂ ਹੁਣ ਨਾਕੇ ਲਗਾ ਕੇ ਵਹੀਕਲ ਵੀ ਚੈੱਕ ਕਰ ਰਹੇ ਹਾਂ ਪਾਈ ਸਾਈਡ ਰਾਹੀਂ ਜਿਹੜੇ ਕੋਈ ਸ਼ੱਕੀ ਵਿਅਕਤੀ ਲੱਗਦਾ ਉਹਨੂੰ ਚੈੱਕ ਕੀਤਾ ਜਾ ਰਿਹਾ। ਇੱਕ ਤੁਸੀਂ ਵੇਖੋ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜਿਹੜੇ ਸ਼ਹਿਰ ਦੇ ਵਿੱਚ ਕਾਗਜ਼ ਭਰੇ ਜਾ ਰਹੇ, ਨੋਮੀਨੇਸ਼ਨ ਹੋ ਰਹੀਆਂ ਤੇ ਸੈਕਿੰਡ ਤਿਉਹਾਰਾਂ ਦਿਨ ਆ ਰਹੇ ਨੇ ਜੀ। ਤਿਉਹਾਰਾਂ ਕਰਕੇ ਜਿਹੜਾ ਸ਼ਹਿਰ ਦੇ ਵਿੱਚ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਜਿਹੜਾ ਸ਼ਹਿਰ ਦੇ ਵਿੱਚ ਵੱਖ ਵੱਖ ਥਾਵਾਂ ਦੇ ਫਲੈਗ ਮਾਰਚ ਕੱਢਿਆ ਜਾ ਰਿਹਾ ਤੇ ਨਾਕੇ ਲਗਾਏ ਜਾ ਰਹੇ ਨੇ। ਦੁਸਹਿਰਾ ਆ ਰਿਹਾ, ਦੀਵਾਲੀ ਆ ਰਹੀ, ਲਗਾਤਾਰ ਤਿਉਹਾਰਾਂ ਦੇ ਦਿਨ ਹੈ, ਕੀ ਅਰੇਂਜਮੈਂਟ ਹੈ? ਵੇਖੋ ਜੀ, ਸਾਡੀ ਪੁਲਿਸ ਵੱਲੋਂ ਪੂਰੇ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ। ਕੋਈ ਵੀ ਕਿਸੇ ਸ਼ਰਾਰਤੀ ਅੰਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ। ਜੇਕਰ ਕੋਈ ਸ਼ਰਾਰਤੀ ਅੰਸਰ ਕੋਈ ਸ਼ਰਾਰਤ ਕਰਦਾ ਵਾ ਤੇ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਨਾਕੇ ਅਸੀਂ ਅਸੀਂ ਰਾਤ ਨੂੰ ਹੁਣ ਆਪਾਂ 8 ਤੋਂ ਲੈ ਕੇ ਸਵੇਰੇ 8 ਵਜੇ ਤੱਕ ਸਾਡਾ ਪੀਸੀਆਰ ਵੀ ਤੈਨਾਤ ਹੁੰਦਾ ਤੇ ਅਸੀਂ ਨਾਕੇ ਵੀ ਲਗਾਵਾਂ ਸ਼ਹਿਰ ਤੇ, ਜਿਹੜੇ 6 ਨਾਕੇ ਲਗਾਏ ਜਾਣਗੇ। ਕੋਈ ਸੈਂਸਿਟਿਵ ਪਲੇਸ? ਵੇਖੋ ਜੀ, ਸਾਡਾ ਹਨੂਮਾਨ ਚੌਂਕ ਹੋ ਗਿਆ, ਕਨਵਾਨ ਚੌਂਕ ਹੋ ਗਿਆ, ਲਾਇਬ੍ਰੇਰੀ ਚੌਂਕ ਹੋ ਗਿਆ, ਜਹਾਜ਼ ਚੌਂਕ ਹੋ ਗਿਆ, ਰਵਿਦਾਸ ਚੌਂਕ ਹੋ ਗਿਆ, ਇੱਥੇ ਅਸੀਂ ਜਿਹੜਾ ਨਾਕਾਬੰਦੀ ਕਰਕੇ ਤੇ ਆਊਟਰ ਤੇ ਵੀ ਨਾਕਾਬੰਦੀ ਕੀਤੀ ਜਾਊਗੀ। ਕੀ ਮੈਸੇਜ ਦੇਣਾ ਚਾਹੋਗੇ ਸ਼ਹਿਰ ਦੇ ਵਿੱਚ? ਵੇਖੋ ਜੀ, ਪਬਲਿਕ ਵਾਸਤੇ ਹਮੇਸ਼ਾ ਪੁਲਿਸ ਸਹਾਇਤਾ ਵਾਸਤੇ ਤਿਆਰ ਆ। ਕੋਈ ਵੀ ਕਿਸੇ ਤਰ੍ਹਾਂ ਦਾ ਰੂਮਰ ਨਾ ਫਲਾਵੇ, ਕਿਸੇ ਦਾ ਕੋਈ ਰੂਮਰ ਫੈਲਾਉਂਦਾ ਤਾਂ ਉਸ ਦੇ ਖਿਲਾਫ ਤੁਸੀਂ ਪੁਲਿਸ ਨੂੰ ਚਾਹੇ ਸਿਵਲ ਪ੍ਰਸ਼ਾਸਨ ਦੱਸੋ। ਅਗਰ ਕੋਈ ਵੈਪਨ ਲੈ ਕੇ ਸ਼ਹਿਰ ਦੇ ਵਿੱਚ ਘੁੰਮਦਾ, ਡੀਸੀ ਸਾਹਿਬ ਵੱਲੋਂ ਵੈਪਨ ਨੂੰ ਲੈ ਕੇ ਬਿਲਕੁਲ ਸਖਤ ਮਨਾਹੀ ਕੀਤੀ ਗਈ ਆ, ਕੋਈ ਵੀ ਸ਼ਹਿਰ ਦੇ ਵਿੱਚ ਹਥਿਆਰ ਲੈ ਕੇ ਨਹੀਂ ਘੁੰਮੂਗਾ।